ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕਠਿਆਲਾ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਉੱਤਮ ਸਿੰਘ ਹੁਣਾਂ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਅਤੇ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ, ਦੋਵੇਂ ਸੂਈਆਂ ਸਵਾਈਆਂ ਮੱਝਾਂ ਤੁਹਾਨੂੰ ਦਿਖਾਉਣੀਆਂ, ਇੱਕ ਝੋਟੀ ਵੀ ਤੁਹਾਨੂੰ, ਦੋ ਦੰਦ ਤੁਹਾਨੂੰ ਝੋਟੀ ਦਿਖਾਉਣੀ ਆ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸੁਣਾਓ ਠੀਕ ਠਾਕ ਜੀ? ਵਧੀਆ ਵਧੀਆ, ਤੁਸੀਂ ਦੱਸੋ? ਵਧੀਆ ਵਧੀਆ, ਕਿਰਪਾ ਦੇ ਗੁਰੂ। ਚਲੋ ਵਧੀਆ, ਕਿਰਪਾ ਚਾਹੀਦੀ ਜੀ। ਚਲੋ ਨਾਮ ਦੱਸ ਦਿਓ ਕਰੀ ਆਪਣਾ। ਨਾਮ ਆਪਣਾ ਉੱਤਮ ਸਿੰਘ ਜੀ। ਹਾਂਜੀ। ਸਨ ਆਫ ਗੁਰਦੇਵ ਸਿੰਘ ਕਠਿਆਲਾ, ਪਿੰਡ ਆਪਣਾ ਨਜ਼ਦੀਕ ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਚੂੜੀਆਂ ਰੋਡ ਤੇ, ਅੱਡਾ ਤਲਵੰਡੀ ਰਾਮਾ, ਠੀਕ ਹੈ ਜੀ, ਬਿਲਕੁਲ ਨੇੜੇ ਕਠਿਆਲਾ ਪਿੰਡ ਜੀ, ਜ਼ਿਲ੍ਹਾ ਗੁਰਦਾਸਪੁਰ। ਫੋਨ ਨੰਬਰ 98545 5601, ਦੂਜਾ ਨੰਬਰ 98545 5604 56। ਠੀਕ ਹੈ। ਚਾਰ ਗਾਵਾਂ ਦੇ ਦੋ ਮੱਝਾਂ ਨਾ? ਚਾਰ ਆਪਣੇ ਕੋਲ ਗਾਵਾਂ ਜੇ ਤੇ ਦੋ ਮੱਝਾਂ ਜੇ ਤੇ ਵੈਰਾਈਟੀ ਵੀ ਸਾਰੀ ਆ। ਵੈਰਾਈਟੀ ਸਾਰੀ, ਵੱਡੇ ਛੋਟੇ ਭਾ ਸਾਰੀ। ਠੀਕ ਹੈ, ਪਹਿਲਾਂ ਮੱਝਾਂ ਵਿਖਾ ਦਈਏ ਫਿਰ ਆਪਾਂ। ਮੱਝੀ ਵਿਖਾ ਦੋ ਪਹਿਲਾਂ। ਆ ਨੀਲੀ ਰਾਵੀ ਪੂਰੀ ਤੁਹਾਨੂੰ ਮੱਝ ਦਿਖਾਉਣੀ ਹੈ ਇੱਕ, ਆ ਦੇਖ ਸਕਦੇ ਜੀ। ਸਿੰਘ ਥੋੜਾ ਜਿਹਾ ਖੁੱਲਾ ਰੱਖਦੀ ਆ, ਪਰ ਉਤਰਾ ਜਿਹੜੀ ਝੋਟੀ ਸੋਹਣੀ ਆ, ਜਿਹੜੀ ਆ ਥੱਲੇ ਥਣਾਂ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ। ਬਾਕੀ ਸਿੰਘ ਤੇ ਛੋਟਾ ਵੀ ਹੋ ਜਾਊਗਾ, ਸਿੰਘ ਤੇ ਬਣਾਇਆ ਵੀ ਜਾਊਗਾ। ਤੇ ਦੱਸਿਆ ਵਿਧੀਆ ਦੇ ਬਾਰੇ? ਹਾਂਜੀ ਵੀਰ ਜੀ, ਤੁਸੀਂ ਦੱਸ ਹੀ ਦਿੱਤਾ ਮੇਰੇ ਤੋਂ ਪਹਿਲਾਂ ਹੀ। ਹਾਂਜੀ। ਸਿੰਘ ਜਿਹੜਾ ਇਹ ਖੁੱਲਾ ਆ, ਬਾਕੀ ਦੂਜਾ ਸੂਆ ਝੋਟੀ ਦਾ ਆ। ਠੀਕ ਆ। ਹਾਂਜੀ, ਤੇ ਰਾਤੀ ਇਹ ਸੂਈ ਆ ਤੇ ਬੱਚਾ ਮਗਰ ਕਮਾਲ ਹੀ ਫਿਰ। ਬੱਚਾ ਮਰ ਕਮਾਲ, ਕੱਟੀ ਬਿਲਕੁਲ ਨੀਲੀ ਦੀ ਆ। ਠੀਕ ਆ ਜੀ, ਆਹ ਦੇਖ ਸਕਦੇ ਜੀ, ਆਹ ਕੱਟੀ ਜੇ ਮਗਰ, ਆਹ ਦੇਖ ਸਕਦੇ ਅੱਖਾਂ ਬਿੱਲੀਆਂ ਦੋਵੇਂ, ਤੇ ਆਹ ਦੇਖ ਸਕਦੇ ਪੂਰੀ ਨੀਲੀ ਦੀ ਨੀਲੀ ਦੀ ਆ ਜੀ। ਹਾਂ ਦੇਖ ਸਕਦੇ ਪਿਛਲੇ ਪੈਰ ਵੀ ਚਿੱਟੇ ਜੇ, ਰਾਤੀ ਸੀ ਜੇ ਕੋਲ ਤਾਂ ਗਿੱਲਾ ਨਾੜੂ, ਨਾੜੂ ਗਿੱਲਾ ਹੀ ਆ ਬਿਲਕੁਲ, ਤਾਜੀ ਬਿਲਕੁਲ, ਆ ਪਿੱਛੇ ਵੀ ਨਿਸ਼ਾਨ ਸਾਰੇ ਜਿਸ ਤਰ੍ਹਾਂ ਦੇਖ ਸਕਦੇ ਜੇ। ਹਾਂਜੀ ਬਿਲਕੁਲ, ਇਹ ਨਿਸ਼ਾਨੀਆਂ ਇਹਦੇ, ਆ ਦੇਖ ਸਕਦੇ ਜੇ, ਜਿਹੜੀਆਂ ਨਿਸ਼ਾਨੀਆਂ ਸਾਰੀਆਂ ਪੂਰੀਆਂ, ਸੋਹਣੀ ਕੱਟੀ ਆ ਮਗਰ, ਤੇ ਆਪ ਵੀ ਝੋਟੀ ਜਿਹੜੀ ਆ ਸੋਹਣੀ ਆ। ਤੇ ਕਿੰਨਾ ਕੁ ਵਿਧੀ ਆ ਦੁੱਧ ਚਵਾਈ ਜਾਊਗੀ? ਦੁੱਧ ਐ ਟਾਈਮ ਦਾ ਬੋਲਾ ਹੀ ਜਨਾ, ਜੇ ਰਾਤੀ ਸੋਈ ਆ ਤੇ ਦੋ ਡਾਂਗੀ ਚੋਈ ਆ। ਅੱਛਾ, ਤੇ ਬੋਲਾ ਹੀ 8 ਲੀਟਰ ਆ, 8 ਲੀਟਰ ਬੋਲਾ ਹੈਗਾ। ਬਾਕੀ ਜਿੱਦਾਂ ਦਾ ਚੋਣ ਚਾਣ ਲੱਗੀ ਆ ਨਾ ਮੈਂ ਵੀ। ਅੱਛਾ, 12 ਲੀਟਰ ਭਰੇਗੀ ਨਾਰਮਲ, 12 ਲੀਟਰ ਕਰੀ ਜਾਊਗੀ। ਲਿਆ ਬਾਕੀ, ਤੁਹਾਨੂੰ ਪਤਾ ਹੋਣਾ ਜਿਹੜਾ ਸਰਦੀਆਂ ਦੀ ਰੁੱਤ ਆ ਦੁੱਧ ਵਾਲੀ ਆ। ਹਾਂਜੀ ਹਾਂਜੀ, ਬੰਦਾ ਹੋਣਾ ਚਾਹੀਦਾ। ਤੋਰ ਦੀ ਇਹਨਾਂ ਫਿਰ 12 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗੀ। ਬਾਕੀ ਨੀਲੀ ਪੂਰੀ ਆ ਜਿਹੜੀ, ਤੇ ਮਗਰ ਵੀ, ਮਗਰ ਨੀਲੀ ਦੀ ਕੱਟੀ ਆ। ਸਾਡੇ ਹਵਾਨਾ ਇਹਦਾ, ਤੇ ਕੀ ਰੱਖਣਾ ਵੀਰ ਜੀ ਜਾਇਜ਼ਾ ਮੁੱਲ ਫਿਰ ਆਪਾਂ ਇਹਦਾ? ਵੀਰ ਜੀ ਮੁੱਲ ਕਰਾਉਣ ਦਾ ਭਾਅ ਜਿੰਨਾ ਮਰਜ਼ੀ ਕਰਾ ਦਿਓ। ਹਾਂਜੀ, ਤੇ ਤੁਹਾਨੂੰ ਤੁਸੀਂ ਦੱਸ ਦੇ ਜੇ ਸਿੰਘ ਕਿਤੇ ਥੋੜ੍ਹਾ ਨਿੱਕਾ ਹੁੰਦਾ ਤੇ 80-85 ਹਜ਼ਾਰ ਦੀ ਝੋਟੀ ਸੀ। ਹਾਂਜੀ ਹਾਂਜੀ, ਪਰ ਆਪਾਂ 80-85 ਨਹੀਂ ਕਰਨਾ। ਕਿੰਨਾ ਕਰਨਾ ਜੀ? 60 ਹਜ਼ਾਰ ਰੁਪਏ ਦੇ ਦਾਂਗੇ। 60 ਹਜ਼ਾਰ? ਹਾਂਜੀ ਹਾਂਜੀ, ਵਿੱਚੋਂ ਕਰ ਦਈਏ ਕੁਛ ਮਾਨਤਾ ਹੋਰ? ਕਰ ਦਈਏ। ਕਿੰਨਾ? 2 ਹਜ਼ਾਰ ਹੀ ਹੋਟਾ ਦਿੰਦੇ। 2 ਹੋਰ? ਹਾਂਜੀ ਹਾਂਜੀ, ਤੇ ਹੋਰ ਕੋਈ ਕਸਰ ਹੈ? ਬਿਲਕੁਲ ਜੈਸ ਨੋ ਹੀ ਕਰ ਦਈਏ। ਮੋਲ ਤੇ ਅੱਗੇ ਤਾਂ ਜਾਂਚ ਕੀਤਾ ਮੈਂ, ਦੁੱਧ ਵਾਲੀ ਆ ਬਾਕੀ। ਹਾਂਜੀ, ਉਹਦੇ ਕਹਿੰਦੇ 55 ਹਜ਼ਾਰ ਰੁਪਏ ਦੇ ਦਾਂਗੇ। 55 ਹਜ਼ਾਰ ਦੀ? 55 ਹਜ਼ਾਰ ਦੀ ਦੇ ਦਾਂਗੇ। ਠੀਕ ਹੈ ਜੀ, 55 ਹਜ਼ਾਰ ਦੀ। ਕਿਸੇ ਦਿਨ ਹੋਰ ਸ਼ਾਮ ਨੂੰ ਕੱਟੀ ਤਿਆਰ ਹੋਣੀ ਆ ਮਗਰ ਦੇ। ਠੀਕ ਹੈ, ਡਬਲ ਫਾਇਦਾ ਹੀ ਆ ਗਿਆ ਅੱਜ ਦੇ ਨਾਲ ਹੀ। ਮੈਂ ਮਗਰ ਕੱਟੀ ਜਿਹੜੀ ਆ, ਇਹੋ ਜੀ ਕੱਟੀ ਵੀ ਜਿਹੜੀ ਬੜੀ ਘੱਟ ਲੱਗਦੀ ਆ। 7 ਦਿਨ ਛੱਡ ਦੇਗਾ ਨਾ। ਠੀਕ ਹੈ ਜੀ, ਕੱਟੀ ਵੀ ਵਧੀਆ ਆ। ਠੀਕ ਹੈ ਜੀ, ਆ ਦੇਖ ਸਕਦੇ ਜੀ, ਆ ਵੀ ਝੋਟੀ ਤੁਹਾਨੂੰ ਦਿਖਾਈ ਦੀ ਹੈ। ਚਿਹਰਾ ਬੜਾ ਖੂਬਸੂਰਤ ਹੈ ਇਹਦਾ ਵੀ, ਝੋਟੀ ਦਾ। ਦੱਸੀਏ ਵੀਰ ਜੀ ਇਹਦੇ ਬਾਰੇ ਵੀ? ਹਾਂਜੀ ਵੀਰ ਜੀ, ਇਹ ਪਹਿਲਾ ਸੂਆ ਜੇ ਝੋਟੀ ਦਾ। ਅੱਛਾ, ਤੇ ਅੱਗੇ ਦੇ ਕਈ ਵੀਰਾਂ ਨੇ ਵੀਡੀਓ ਵੇਖੀ ਹੋਣੀ ਆ ਤੁਸੀਂ ਪਾਈ, ਪਿਛਲੀ ਵੀਡੀਓ ਜੇ ਸੂਈ ਸੀ ਤਾਜੀ ਬਿਲਕੁਲ। ਠੀਕ ਹੈ, ਝੋਟੀ ਆ। ਅੱਛਾ, ਇਹ ਉਹੀ ਜਿਹੜੀ ਉਦੋਂ ਹੀ ਸੂਈ ਸੀ? ਹਾਂਜੀ, ਬੱਚਾ ਦਾ ਮਰ ਗਿਆ। ਅੱਛਾ, ਇੱਕ ਦੋ ਦਿਨ ਫਿਰ ਖਰਾਬ ਕੀਤਾ ਤੇ ਇਸ ਕਰਕੇ ਹੀ ਨਹੀਂ ਦੱਸੀ। ਹੁਣ ਬਿਲਕੁਲ ਪਹਾੜੇ ਦੇ ਝੋਟੀ ਆ। ਅੱਛਾ, ਉੱਠ ਕੇ ਕੇ ਚੌਕਰ ਪਾਵੇ ਥੱਲੇ ਬਹਿ ਜਾ, ਇਦਾਂ ਠੰਡੀ ਧੀਰੀ ਆ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ ਤਾਂ ਅੱਜ ਕੋਈ 10 ਕੁ ਦਿਨ, 10-12 ਦਿਨ ਹੋ ਹੀ ਗਏ ਹੋਣਗੇ। ਠੀਕ ਹੈ ਜੀ, ਬਾਕੀ ਉਸ ਦਿਨ ਜਿੱਦਣ ਵੀਡੀਓ ਬਣਾਈ ਸੀ ਉਦਣ ਹੀ ਸੂਈ ਸੀ? ਉਦਣ ਹੀ ਸੂਈ। ਹਾਂਜੀ ਬਿਲਕੁਲ, ਉਦੋਂ ਹੀ ਜਦੋਂ ਪੁੜੇ ਵੀ ਨਹੀਂ ਤਾਂ ਚੁੱਕੇ ਉਦੋਂ। ਇਹਦਾ ਤੇ ਚਲੋ ਪ੍ਰੂਫ ਹੈਗਾ ਹੀ ਆ ਵੀ ਉਦੋਂ ਸੂਈ ਸੀ। ਬਣਾ ਸਕਦਾ ਤੁਹਾਡੇ ਕੋਈ ਵੀਡੀਓ ਕੱਢ ਕੇ ਵੇਖ ਲੈ ਪਿਛਲੀ, ਹਨਾ? ਠੀਕ ਹੈ, ਆ ਟਾਈਮ ਹੀ ਦੁੱਧ ਜਿਹੜਾ ਦੇ 8 ਲੀਟਰ ਤਿਆਰ ਹੈਗਾ ਥਲੇ। ਅੱਛਾ, ਹਾਂਜੀ ਹਾਂਜੀ, 8 ਲੀਟਰ ਦੁੱਧ ਤਿਆਰ ਆ। ਤਿਆਰ ਤਿਆਰ ਆ। ਕਿੰਨਾ ਕੁ ਚਵਾਈ ਜਾਊਗੀ ਇਹ? ਚਵਾਈ ਦੇਖੋ ਜਿਹੜੇ ਹਿਸਾਬ ਨਾਲ ਹੋਣੇ ਆ ਤੇ ਦੁੱਧ 10 ਲੀਟਰ ਕਰੇਗੀ। ਠੀਕ ਹੈ ਜੀ, ਲਿਆ ਫਿਰ ਤੋਰੋ ਹਾਂ ਇੱਕ ਰੀ ਨੂੰ। ਹੁਣ ਮਿਲਦੀ ਪਹਾੜੇ ਤੇ ਦੋਵੇਂ ਦੇ ਪਹਾੜੇ ਜੇ ਦੋਵੇਂ ਦਾ ਤਸੱਲੀ ਕਰਕੇ ਠੰਡੀ ਧੀਰੀ ਝੋਟੀ ਦੇ। ਠੀਕ ਹੈ ਜੀ, ਬਾਕੀ ਆ ਦੇਖ ਸਕਦੇ ਹੈਗੀ ਸੋਹਣੀ ਝੋਟੀ ਆ। ਮੌਕੇ ਦੇ ਦੁੱਧ ਜਿਹੜੇ ਇਹਦੇ ਕੋਲ 8 ਲੀਟਰ ਜਿਹੜਾ ਤਿਆਰ ਦੱਸਦੇ ਆ,
ਬਾਕੀ ਦੱਖ ਤੱਕ ਜਿਹੜਾ ਕਹਿੰਦੇ ਚਵਾਈ ਜਾਓ ਕਿ ਤਾਜੀ ਸੂਈ ਝੋਟੀ ਉਤਰਾ ਮੂੰਹ ਦੋ ਦੰਦ ਜੇ ਹਾਂਜੀ ਹਾਂਜੀ ਆ ਵੇਖੋ ਜੀ ਚੈੱਕ ਕਰਾ ਦਾਂਗੇ ਹਾਂ ਦੇ ਸਾਦੇ ਜੇ ਪਿਓਰ ਦੋ ਦੰਦ ਆ ਜਿਹੜੀ ਸਾਈਡ ਵਾਲੇ ਜਿਹੜੇ ਉਤਰਾ ਹੀ ਇੱਕ ਪਾਸੇ ਦੇ ਬਾਕੀ ਕੋਈ ਵੀ ਰਾਪ ਵੀ ਚੈੱਕ ਕਰਕੇ ਲੈ ਜੇ ਕੀ ਰੱਖਣਾ ਵੀਰ ਦਾ ਮੁੱਲ ਫਿਰ ਆਪਾਂ ਵੀਰ ਜੀ ਝੋਟੀ ਤੇ 60-65 ਹਜ਼ਾਰ ਦੀ ਸੀ ਅੱਛਾ ਪਰ ਹੁਣ ਹਰ ਕਿਸੇ ਨੇ ਕਹਿਣਾ ਯਾਰ ਜਵਾਕ ਆ ਨਹੀਂ ਮਗਰ ਤੇ ਥੋੜੀ ਜਿਹੀ ਸਾਨੂੰ ਵੀ ਭਾਣਾ ਮਿਲੇ ਹਾਂਜੀ ਹਾਂਜੀ ਬਾਕੀ ਉਹ ਤਾਂ ਚਲ ਹੈਗੇ ਤੇ ਸੱਜਰ ਹੀ ਆ ਸੱਜਰ ਸੂਈ ਆ ਹਰ ਕਿਸੇ ਨੂੰ ਪਤਾ ਆ ਬਾਕੀ ਹੁਣ ਸਰਦੀਆਂ ਦੇਣਾ ਤੁਹਾਨੂੰ ਪਤਾ ਜਵਾਕਾਂ ਵਿਚਾਰਿਆਂ ਦਾ ਠਾਂ ਤਾਂ ਕੇ ਹੋਗਾ ਹੁੰਦੇ ਹੀ ਰਹਿਣੇ ਹਾਂਜੀ ਹਾਂਜੀ ਤੇ ਹੁਣ ਆਟਾ ਵੀ 50,000 ਦੇ ਦਿਓ 50,000 ਦੀ ਦੇ ਦੋਗੇ ਮੌਕੇ ਤੇ ਹੋਰ ਕਰ ਦੋਗੇ ਮਾਨ 2,000 ਰੁਪਏ ਹੋਰ ਛੋਟੇ ਅੱਛਾ 48,000 ਦੇ ਦਾਂਗੇ ਠੀਕ ਹੈ ਜੀ ਦੋ ਦੰਦ ਝੋਟੀ ਦੇ ਦੇਣੀ ਆ 48,000 ਦੀ ਝੋਟੀ ਤਾਜੀ ਸੂਈ ਆ ਬਿਲਕੁਲ ਠੀਕ ਹੈ ਜੀ ਤੇ ਹੁਣ ਗਾਂ ਆਹੇ ਗੱਬਣ ਗਾਂ ਦਿਖਾ ਦਈਏ ਆਪਾਂ ਹਾਂ ਜੀ ਵੇਖੋ 3,000 ਠੰਡੀ ਧੀਰੀ ਵਿਚਾਰੀ ਆ ਕੱਦ ਕਾਠ ਜਿਹੜਾ ਚੰਗਾ ਸੂਆ ਕਿਨਵਾ ਜੇ ਵੇਦੀ ਇਹਦਾ ਸੂਆ ਦੁੱਜਾ ਜੇ ਅੱਛਾ ਹਾਂਜੀ ਹਾਂਜੀ ਹੋਰ ਕੀ ਮੜੀ ਫਿਰ ਲਿਆਓ ਫਿਰ ਤੋਰ ਦੋ ਟਾਈਮ ਕਿੰਨਾ ਕੁ ਲੈ ਜਾਵੇ ਵੀਰ ਜੀ ਹਲੇ ਹਾਂ ਵੀਰ ਜੀ ਹਲੇ ਕੋਈ 10-12 ਦਿਨ ਖੜਦੇ ਆ ਇਹ 10 ਦਿਨ ਖੜਦੀ ਆ ਵੀਰ ਜੀ ਨਹੀਂ ਕਹਿੰਦੇ 15 ਤਰੀਕ ਨੂੰ ਇਹ 9 ਭੇਜੇ ਹੁੰਦੇ ਜੀ ਠੀਕ ਆ ਜੀ 15 ਤਰੀਕ ਨੂੰ ਦੇਣੇ ਤੇ ਜਿਹੜੇ ਪੂਰੇ ਹੁੰਦੇ ਆ ਅਜੇ ਇਹਨੇ ਤਿਆਰ ਹੋਣਾ ਵਾ ਬਾਕੀ ਕੱਦ ਕਾਠ ਜਿਹੜਾ ਇਹਦਾ ਚੰਗਾ ਆ ਸੋਹਣੇ ਕੱਦ ਕਾਠ ਵਾਲੀ ਆ ਆ ਦੇਖ ਸਕਦੇ ਥਾਨਵੀ ਇਹਦੇ ਲਾਗੇ ਤੋਂ ਤੇ ਦੁੱਧ ਕਿੰਨਾ ਚਵਾਈ ਜਾਓਗੇ ਵਿੱਧੀ ਆ ਵੇਖੋ ਜਿਹੜਾ ਕੱਦ ਕਾਠ ਆ ਬੈਠਦਾ ਇਹਨੂੰ ਦੁੱਧ 1500 ਲੀਟਰ ਕੀ ਕਹਿੰਦਾ ਆ ਠੀਕ ਆ ਹਾਂਜੀ ਤੇ ਇਹਦਾ ਮੁੱਲ ਮੁੱਲ ਵੇਖੋ ਜਿਹੜੀ ਵਿਹੜਿਆ ਵਿਹੜ ਤੇ 40-45,000 ਦੀ ਸਿਰੋਂ ਸੁੱਟਿਆ ਠੀਕ ਆ ਪਰ 35,000 ਰੁਪਏ ਦੇ ਦਾਂਗੇ 35,000 ਦੀ ਦੇ ਦੋ ਹੋਰ ਕਰ ਦਈਏ ਕੋਈ ਮਾਨਤਾ ਨਾ ਹੋਰ ਕਰ ਦਈਏ ਜੀ ਅੱਜ ਹੀ ਕਰ ਦਈਏ ਜੈਸ ਨੂੰ ਹੀ ਕਰ ਦਈਏ 1000 ਛੱਡ ਦਈਏ ਯਾਰ ਹੋਰ ਛੱਡ ਦਈਏ 30,000 ਦੀ ਦੇ ਦਈਏ 33,000 ਦੀ ਦੇ ਦਈਏ 1000 ਹੋਰ ਛੱਡ ਦਾਂਗੇ 32,000 ਦੀ ਦੇ ਦੇ ਦਾਂਗੇ ਬਾਕੀ ਕੱਦ ਕਾਠ ਜਿਹੜਾ ਇਹਦਾ ਪੂਰਾ ਚੰਗਾ ਵਾ ਵੱਡਿਆ ਜੋੜਾ ਦੀ ਵੈੜ ਠੀਕ ਹੈ ਤੇ ਆ ਵੀ ਜਰਸੀ ਆ ਗਈ ਇੱਕ ਹੁਣ ਛੜੀ ਧੀਰੀ ਆ ਗਈ ਹੈ ਸੋਈ ਸਵਾਈ ਜੇ ਸੋਈ ਸਵਾਈ ਜਾਏ ਤੇ ਸਾਡੇ ਸੀ ਹਾਂ ਦੇ ਸਾਡੇ ਥਾਣੇ ਤੇ ਲੱਗੇ ਤਾਂ ਤੇ ਛੜੀ ਧੀਰੀ ਬੱਚਾ ਕੀ ਜੇ ਮਗਰ ਮਗਰ ਬਛਾ ਆ ਗਿਆ ਬਾਕੀ ਇਹ ਵੀ ਠੰਡੀ ਧੀਰੀ ਆ ਜਿਹੜੀ ਬਾਏ ਥੱਲੇ ਫਿਰ ਚੋਲ ਜਾਂ ਬਹੁਤ ਵਧੀਆ ਲੱਗਦੀ ਹੈ ਠੀਕ ਹੈ ਜੀ ਮਾਰ ਕੇ ਚੈੱਕ ਕਰਕੇ ਲਓ ਜੀ ਦੇਖੋ ਠੀਕ ਹੈ ਜੀ ਪਛਾ ਪਸੇ ਲੱਗਾ ਗਿਆ ਚੱਲ ਪਸੇ ਲੈ ਜਣੀਆਂ ਪਸੀਆਂ ਸ਼ੁਰੂ ਹੋ ਜਾਂਦੀਆਂ ਫਿਰ ਕਿੰਨਾ ਜੇ ਤੇ ਕੋਲ ਦੁੱਧ ਤਿਆਰ ਦੁੱਧ ਦੇਖੋ ਜੇ ਰਾਤੀ ਆਈ ਹੈ ਵੀ ਅਜੇ ਟਾਈਮ ਇੱਕ ਦੁੱਧ ਕਰੇਗੀ 14-15 ਲੀਟਰ ਆ ਟਾਈਮ ਦਾ ਜੇ ਕੋਈ 7 ਲੀਟਰ ਆ ਜਾ ਅੱਛਾ ਹਾਂਜੀ ਕਿੰਨੇ ਦਿਨ ਹੋਏ ਸੋਈ ਨਾ ਸੋਈ ਨਾ ਜੇ ਹਫਤਾ ਕੋ ਹੋਇਆ ਜੇ ਹਫਤਾ ਕੋ ਹੋਇਆ ਸੋਈ ਨਾ ਠੀਕ ਹੈ ਤੋਰਾਂ ਹਾਂ ਫਿਰ ਇੱਕ ਕਰੀ ਤੇ ਥਾਂ ਥੁਣ ਪੂਰੇ ਹੀ ਆ ਵੀਰ ਜੀ ਸਾਰੇ ਪੂਰੇ ਜੀ ਠੰਡੀ ਧੀਰੀ ਆ ਤੇ ਇਹਦਾ ਮੁੱਲ ਮੁੱਲ ਤਾਂ ਵੀਰ ਜੀ ਵੇਖੋ 45,000 ਦੀ ਵੈੜ ਆ ਅੱਛਾ ਪਿਓਰ ਅੱਖਾਂ ਵੇਖੋ ਬੁੱਤੀ ਵੇਖੋ ਦੀ ਹਾਂਜੀ ਹਾਂਜੀ ਥਾਂ ਵੇਖੋ ਪਰ ਆਪਾਂ 35,000 ਦੀ ਜਿਹੜਾ 35,000 ਦੀ ਮੌਕੇ ਤੇ ਹੋਰ ਕਰ ਦਈਏ ਮਾਨ 2,000 ਹੀ ਹੋਰ ਘਟਾ ਲਾਂਗੇ 33,000 ਦੀ ਦੇ ਬਰਾਬਰ ਹੀ ਕਰ ਦਈਏ 32-32 ਬਰਾਬਰ ਹੀ ਚਲੋ 32-32,000 ਦੀ ਜਿਹੜੀ ਚੰਗੀ ਠੀਕ ਹੈ ਜੀ ਜੋੜਾ ਕੋਈ ਲੈ ਜਾਊਗਾ ਤੇ ਮਾਨ ਤਾਂ ਹੋਰ ਕਰ ਦੋਗੇ 64,000 ਗੰਦਾ ਦੇ 1,000 ਦੀ ਹੋਰ ਛੋਟ ਕਰ ਦਾਂਗੇ ਅੱਛਾ 63,000 ਦਾ ਜੋੜਾ ਦੇ ਦੋਗੇ ਹਾਂਜੀ 63,000 ਠੀਕ ਹੈ ਜੀ ਠੀਕ ਤੇ ਹੁਣ ਆ ਗਈ ਇਹ ਵੀ ਸੂਈ ਸਵਾਈ ਜੇ ਹਾਂਜੀ ਇਹ ਵੀ ਸੂਈ ਸਵਾਈ ਜੇ ਵੀ ਜੀ ਗਾੜ ਕਰੀ ਦੀ ਜੀ ਆ ਧਾਰ ਮਾਰ ਕੇ ਹਾਂ ਦੇਖੋ ਜੀ ਚੱਲੇ ਪਹਿਲੇ ਆ ਬੱਚਾ ਨਹੀਂ ਇਹਦਾ ਅੱਛਾ ਇਹਦਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਠੀਕ ਨਵੀਂ ਵਿਆੜਿਆ ਪਹਿਲੇ ਸੂਏ ਆ ਵਿਆੜਿਆ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਦੇ ਦਾ ਕਮਾਲ ਹੀ ਜੇ ਇੱਧਰ ਵੇਖੋ ਭਾਵੇਂ ਜਦੋਂ ਮਰਜ਼ੀ ਧਾਰ ਲੈ ਲਓ ਜੀ ਅੱਛਾ ਜਦੋਂ ਮਰਜ਼ੀ ਖਲੇ ਲਓ ਅੱਛਾ ਵਾਹ ਵੀ ਜਿਹੜਾ ਇਹਦਾ ਦੇਖ ਸਕਦੇ ਜੀ ਤੇ ਇੱਥੇ ਨੇ 11 ਵੀ ਕਿੱਲੋ ਦੇ ਚਾਰ ਕੇ ਤੇ ਆ ਥਾਣੇ ਵੀ ਇਹਦੇ ਦੇਖ ਸਕਦੇ ਜੀ ਥਾਣੇ ਵੀ ਬਹੁਤ ਸੋਹਣੇ ਆ ਚਵਾਪ ਸਮਾਂ ਕਿੰਨਾ ਵੇਚੀ ਦੁੱਧ ਇਹਦੇ ਕੋਲ ਦੁੱਧ ਵੇਚ ਜੇ ਚੱਡੀ ਵਾਲ ਕੇ ਵੇਖ ਕੇ ਆਣਗੇ ਵੀਰ ਕਹਿੰਦੇ ਵੀ ਦੁੱਧ ਕਿੱਲੋ 2 ਕਿੱਲੋ ਇਹ ਬੜਾ ਆ ਅੱਛਾ ਪਰ ਇਹ ਝੂਠ ਮਾਰਨ ਵਾਲੀ ਗੱਲ ਆ 10 ਲੀਟਰ ਠੰਡਾ ਕਰਕੇ ਤਿਆਰ ਦੁੱਧ ਪੱਕਾ ਦੁੱਧ ਹੈਗਾ 10 ਲੀਟਰ
बाकी प्रोपर नहीं पता जो झोटी का आप नहीं पता है कदों की सुई है बाकी उतरा रंग रूप की सोहनी है दस किलो दुध जरा कहते कि को जरा पक्का है वा की रखना विधि का मुल फिर अपना हां जी हां जी बच्चा ना हो करके चेहरे तो आप देख सकते भी सोहनी है बाकी थाने काफी चंगा लगा वा देख सकते थाना का साइज गैप ये भी ठंडी धीरी है जी मुल की रखना विधि फिर आप चलो कोई फोन लावे बाकी मौके ते होर कर दे फोन लाए जिहड़ा माल भी चंगा लगदा है मानता हर किसी दा पूरा करांगे ठीक है विद्या और कुछ कहना बस जी बहुत बहुत धन्यवाद ठीक है विद्या बहुत बहुत धन्यवाद जी बाकी आ पशु जिहड़े वीर जी ने टोटल 6 वकाऊ कीते आ बाकी कोई वीर इतने आ गया अपनी तसली करके वेस्ट आख के अपनी समझना पशु खड़े जी हाँ जी दोस्तों वीडियो पूरा देखने लिये बहुत बहुत धन्यवाद जी।